ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੇ ਅਕਸਰ ਹੀ ਪੁਲਿਸ ਦੀ ਨਜ਼ਰ ਰਹਿੰਦੀ ਹੈ ਤੇ ਸੜਕ ਤੇ ਚੱਲ ਰਹੇ ਕਈ ਵਾਹਨਾਂ ਦੀ ਪੁਲਿਸ ਨੂੰ ਚੈਕਿੰਗ ਵੀ ਕਰਨੀ ਪੈਂਦੀ ਹੈ। ਪਰ ਇਸ ਦੌਰਾਨ ਪੁਲਿਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹੁਣ ਇੱਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜਦੋਂ ਟ੍ਰੈਫਿਕ ਪੁਲਿਸ ਨੇ ਇੱਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੇ ਮੁਲਾਜ਼ਮ ਤੇ ਹੀ ਗੱਡੀ ਚੜਾ ਦੇਣੀ ਸੀ ਅਤੇ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਉਹ ਕਾਰ ਚਾਲਕ ਫਰਾਰ ਹੋ ਜਾਂਦਾ ਹੈ। ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਜਿੱਥੇ ਦੀ ਪੁਲਿਸ ਵੱਲੋਂ ਇੱਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਗੱਡੀ ਚਾਲਕ ਗੱਡੀ ਲੈ ਕੇ ਫਰਾਰ ਹੋ ਜਾਂਦਾ ਹੈ ਅਤੇ ਇਹ ਸਾਰੀ ਘਟਨਾ ਚੌਂਕ ਦੇ ਵਿਚਕਾਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੁਲਿਸ ਵੱਲੋਂ ਇਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਾਰ ਚਾਲਕ ਕਿਸੇ ਤਰੀਕੇ ਕੱਟ ਮਾਰ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਹਾਲਾਂਕਿ ਪੁਲਿਸ ਮੁਲਾਜ਼ਮ ਉਸ ਗੱਡੀ ਦਾ ਪਿੱਛਾ ਕਰਦੇ ਭੱਜਦੇ ਵੀ ਨਜ਼ਰ ਆਏ ਪਰ ਪੁਲਿਸ ਉਸ ਸ਼ਖਸ ਨੂੰ ਫੜਨ ਦੇ ਵਿੱਚ ਨਾਕਾਮਯਾਬ ਸਾਬਤ ਹੁੰਦੀ ਹੈ। ਪਰ ਵਾਇਰਲੈਸ ਦੀ ਮਦਦ ਦੇ ਨਾਲ ਪੁਲਿਸ ਵੱਲੋਂ ਬਾਕੀ ਨਾਕਿਆਂ ਤੇ ਸੂਚਨਾ ਪਹੁੰਚਾਈ ਜਾਂਦੀ ਹੈ ਅਤੇ ਅੰਮ੍ਰਿਤਸਰ 'ਚ ਲੱਗੇ ਸਮਾਰਟ ਸਿਟੀ ਕੈਮਰੇ ਦੀ ਮਦਦ ਦੇ ਨਾਲ ਹੁਣ ਪੁਲਿਸ ਗੱਡੀ ਚਾਲਕ ਤੱਕ ਪਹੁੰਚ ਚੁੱਕੀ ਹੈ ਜਿਸ ਵੱਲੋਂ ਪੁਲਿਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਫਿਲਹਾਲ ਇਹ ਤਸਵੀਰਾਂ ਚੌਂਕ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਜਾਂਦੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਸ਼ਖਸ ਪੁਲਿਸ ਮੁਲਾਜ਼ਮ ਤੇ ਗੱਡੀ ਚੜਾਉਂਦਾ ਬਚ ਗਿਆ ਤੇ ਉੱਥੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਇਸ ਸ਼ਖਸ ਤੱਕ ਪਹੁੰਚ ਕਰ ਲਈ ਹੈ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟ੍ਰੈਫਿਕ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਜਿਹੜੀ ਆ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਡੇਲੀ ਜਿਹੜਾ ਇਨਕਰੋਚਮੈਂਟ ਨੂੰ ਪਿੱਛੇ ਹਟਾ ਰਹੀ ਹੈ ਪਰ ਸਾਡੇ ਹੁਣ ਦੇਖਣ 'ਚ ਆ ਰਿਹਾ ਵੀ ਜਦੋਂ ਜਿੱਥੋਂ ਅਸੀਂ ਅੱਜ ਹਟਾਉਂਦੇ ਉੱਥੇ ਫਿਰ ਦੁਕਾਨਦਾਰ ਦੁਬਾਰਾ ਲਾਉਂਦੇ ਆ ਜਿਸ ਆਧਾਰ 'ਤੇ ਜਲੰਧਰ ਪੁਲਿਸ ਨੇ ਜਿਹੜਾ ਆਵਾਜਾਈ 'ਚ ਵਿਘਨ ਪਾਉਣ ਦਾ 283 IPC ਜਿਹੜੀ ਹੁਣ BNS ਦੇ ਵਿੱਚ ਧਾਰਾ ਰਹੇ ਉਹਦੇ ਤਹਿਤ ਹੁਣ ਜਿਹੜਾ ਸਖ਼ਤ ਕਾਨੂੰਨ ਆਇਆ ਉਹਦੇ ਤਹਿਤ ਹੁਣ ਜਿਹੜੀਆਂ ਕਾਰਵਾਈਆਂ ਕੀਤੀ ਜਾ ਰਹੀ ਆ ਹੁਣ ਜਿਹੜੇ ਦੁਕਾਨਦਾਰ ਜਿਨ੍ਹਾਂ ਦੀ ਅਸੀਂ ਇਨਕਰੋਚਮੈਂਟ ਪਿੱਛੇ ਕਰਾਈ ਆ ਜੇ ਉਹ ਦੁਬਾਰਾ ਫਿਰ ਜਾਣ ਬੁੱਝ ਕੇ ਉੱਥੇ ਗੱਡੀਆਂ ਲਾਉਣਗੇ ਤਾਂ ਉਹਨਾਂ ਦੇ BNS ਦੀ ਧਾਰਾ ਤਹਿਤ ਪਰਚਾ ਦਰਜ ਕੀਤਾ ਜਾਏਗਾ। ਇਹ ਹੈ ਜੀ ਉੱਥੇ ਕਿਉਂਕਿ ਬਾਹਰ ਰਾਹਗੀਰ ਆਉਂਦੇ ਆ ਉਹ ਦੁਕਾਨਦਾਰ ਨਹੀਂ ਬਾਹਰੋਂ ਲੋਕ ਆਉਂਦੇ ਸੜਕਾਂ ਦੇ ਉੱਤੇ ਲਾ ਦਿੰਦੇ ਆ ਉਹਦੇ ਅਸੀਂ ਸਪੈਸ਼ਲ ਕਰਮਚਾਰੀ ਉੱਥੇ ਲਾਇਆ ਜਿਹੜਾ ਚਲਾਨ ਕਰ ਰਿਹਾ ਜਿਹੜਾ ਛਿਆਟਾ ਚੌਂਕ ਆ ਜੀ ਛਿਆਟੇ ਚੌਂਕ ਦੇ ਵਿੱਚ ਜਿਹੜੀਆਂ ਸਬਜ਼ੀ ਦੀਆਂ ਦੁਕਾਨਾਂ ਉਹ ਸਾਰੀਆਂ ਪਿੱਛੇ ਕਰਾਈਆਂ ਨੇ ਉਹਨਾਂ ਨੂੰ ਅਸੀਂ ਲਿਖਤੀ ਵਾਰਨਿੰਗ ਕੀਤੀ ਆ ਕਿ ਜੇਕਰ ਤੁਸੀਂ ਨਾ ਪਿੱਛੇ ਹਟਾਏ ਤੇ ਉਹਨਾਂ ਦੇ ਖਿਲਾਫ FIR ਦਰਜ ਕੀਤੀ ਜਾਏ। ਰਾਤ ਦੇ ਟਾਈਮ ਰੇੜੀਆਂ ਤੋਂ ਸ਼ਰਾਬ ਪੀਤੀ ਜਾਂਦੀ ਛਾੜਾ ਚੌਂਕ ਦੇ ਵਿੱਚ ਲੋਕ ਉੱਥੋਂ ਗਿਆ ਧੀਆਂ ਭੈਣਾਂ ਲੰਘਦੇ ਉਹ ਬੜੇ ਪਰੇਸ਼ਾਨ ਹੋ ਰਹੇ ਨੇ। ਇਹ ਲੋਕਲ ਪੁਲਿਸ ਦੇ ਨਾਲ ਸਹਿਯੋਗ ਦੇ ਨਾਲ ਇਸ ਸੰਬੰਧੀ ਜਿਹੜੀ ਆ ਲੋਕਲ ਪੁਲਿਸ ਜਿਹੜੀ ਛਾੜਾ ਪੁਲਿਸ ਸਟੇਸ਼ਨ ਆ ਉਹਨਾਂ ਦੇ SHO ਸਾਹਿਬ ਦੇ ਵੀ ਧਿਆਨ 'ਚ ਲਿਆ ਰਹੇ ਸੀ ਤੇ ਨਾਲ ਜਿਹੜਾ ਉਸ ਜ਼ੋਨ ਦਾ ਟ੍ਰੈਫਿਕ ਇੰਚਾਰਜ ਆ ਉਹ ਵੀ ਜਿਹੜਾ ਵਾ ਨਾਈਆਂ ਦਾ ਮੋੜ ਅਤੇ ਛਾੜਾ ਚੌਂਕ ਇਹਨਾਂ ਦੋਨਾਂ ਜਿਹੜੇ ਚੌਂਕਾਂ ਦੀ ਜਿਹੜੀ ਸ਼ਿਕਾਇਤ ਆ ਰਹੀ ਆ ਇਹਨੂੰ ਜਿਹੜਾ ਹੁਣ ਦੂਰ ਕੀਤਾ ਜਾ ਰਿਹਾ। ਸੀਸੀਟੀਵੀ ਕੈਮਰੇ ਜਿਹੜੇ ਲੱਗੇ ਅੰਮ੍ਰਿਤਸਰ ਦੇ ਉਹਦੇ ਨਾਲ ਨਜ਼ਰ ਰੱਖੀ ਜਾ ਰਹੀ ਟ੍ਰੈਫਿਕ ਦਾ ਬਿਲਕੁਲ ਜੀ ਜਿਹੜੀ CCTV ਕੈਮਰੇ ਆ ਉਹਦੇ ਨਾਲ ਲਗਭਗ ਬਹੁਤ ਸਾਰੇ ਸਾਡੇ ਜਿਹੜੇ ਕ੍ਰਾਈਮ ਉਹ ਸੋਲਵ ਹੋਏ ਨੇ ਉਹਨਾਂ CCTV ਕੈਮਰਿਆਂ ਦੇ ਨਾਲ ਹੀ ਜਿਹੜਾ ਪਿੱਛੇ ਉੱਥੋਂ ਚੰਡੀਗੜ੍ਹ ਵਾਰਦਾਤ ਕਰਕੇ ਦੋਸ਼ੀ ਭੱਜੇ ਸੀ ਉਹ ਟਰੇਸ ਹੋਏ ਸੀ ਉਹਨਾਂ CCTV ਕੈਮਰਿਆਂ ਤਹਿਤ ਜਿਹੜੀ ਕੱਲ੍ਹ ਇੱਕ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ 'ਤੇ ਗੱਡੀ ਭਜਾ ਕੇ ਲੈ ਗਏ ਸੀ ਉਹ ਵੀ ਗੱਡੀ ਅਸੀਂ ਟਰੇਸ ਕਰ ਲਈ ਆ
ਉਹ ਗੱਡੀ ਦਾ ਸਾਡੇ ਕੋਲ ਨੰਬਰ ਆ ਗਿਆ, ਉਹਨੂੰ ਅਸੀਂ ਰਾਊਂਡ ਅਪ ਕਰਕੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ। ਸੀਸੀਟੀਵੀ ਸਾਹਮਣੇ ਆਈ ਹੈ ਜੀ? ਹਾਂਜੀ, ਸੀਸੀਟੀਵੀ ਆਈ ਹੈ ਜੀ, ਉਹ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਹਾਂ।